ਮਨਪ੍ਰੀਤ, ਕਿਆ ਬਾਤ ਹੈ! ਅਤੇ ਮੇਰਾ ਤਾਂ ਇਹ ਫੇਵਰੇਟ ਗਾਣਾ ਹੈ ਹੀ। ਮੈਨੂੰ ਇੱਦਾਂ ਕਿਉਂ ਲੱਗ ਰਿਹਾ ਕਿ ਤੁਸੀਂ ਸਵਿਤਾਜ ਮੈਮ ਨੂੰ ਡੈਡੀਕੇਟ ਕੀਤਾ ਇਹ ਗਾਣਾ? ਹਾਂਜੀ ਮੈਮ, ਥੈਂਕ ਯੂ ਮਨਪ੍ਰੀਤ, ਸੇਮ ਟੂ ਯੂ। ਥੈਂਕ ਯੂ। ਅਤੇ ਜੇ ਤੁਹਾਡੀ ਗਾਇਕੀ ਦੀ ਆਪਾਂ ਗੱਲ ਕਰੀਏ ਤਾਂ ਬੜੀ ਮਿੱਠੀ, ਬੜੀ ਪਿਆਰੀ ਆਵਾਜ਼ ਹੈ ਤੁਹਾਡੀ। ਜਿਸ ਅੱਜ ਦੀ ਪਰਫੋਰਮੈਂਸ ਦੀ ਗੱਲ ਕਰਾਂ, ਆਮ ਅ ਬਿਟ ਡਿਸਅਪੁਆਇੰਟਿਡ ਵਿਦ ਯੂ ਟੂਡੇ, ਬਟ ਮਿਹਨਤ ਕਰੋਗੇ ਤਾਂ ਆਈ ਆਲਵੇਜ਼ ਸੇ ਮਿਊਜ਼ਿਕ ਇੱਕ ਇਹੋ ਜਿਹੀ ਚੀਜ਼ ਆ, ਉਹਨੂੰ ਜਿੰਨਾ ਪੋਲਿਸ਼ ਕਰੋਗੇ, ਜਿੰਨਾ ਪ੍ਰੈਕਟਿਸ ਕਰੋਗੇ, ਇਹ ਤੁਹਾਡਾ ਸਾਥ ਉਨਾ ਹੀ ਦਏਗਾ। ਇਟ ਗੈਟਸ ਬੈਟਰ ਵਿਦ ਟਾਈਮ। ਥੈਂਕ ਯੂ ਮੈਮ। ਯੂ ਡਿਸਅਪੁਆਇੰਟਿਡ ਮੀ ਅ ਲਿਟਲ ਬਿਟ, ਸੌਰੀ। ਕਪਤਾਨ ਲਾਡੀ ਜੀ, ਮਨਪ੍ਰੀਤ, ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਹੈ ਜਦੋਂ ਤੁਸੀਂ ਟਰੈਵਲ ਨੋਟ ਲਗਾਉਂਦੇ ਹੋ ਨਾ, ਜਿਹੜਾ ਆਹ ਸਵਿੰਗ ਦੇ ਨਾਲ ਜਾਂਦਾ ਨਾ, ਇਹਦੇ 'ਤੇ ਕੰਟਰੋਲ ਹੋਣਾ ਬੜਾ ਜ਼ਰੂਰੀ ਹੈ, ਕਿਉਂਕਿ ਮੈਲੋਡੀ ਇਸ ਸੌਂਗ ਰੋਮੈਂਟਿਕ ਸੌਂਗ ਹੈ ਨਾ, ਰੋਮੈਂਟਿਕ ਸੌਂਗ 'ਚ ਹਾਰਸ਼ ਨਹੀਂ ਹੋ ਸਕਦੇ ਤੁਸੀਂ। ਓਵਰਆਲ ਠੀਕ ਗਾਇਆ, ਮੈਂ ਕਹਾਂ ਬਹੁਤ ਕਲਾਸ ਗਾਇਆ, ਓਨਾ ਨਹੀਂ ਬਟ ਅੱਛਾ ਗਾਇਆ। ਠੀਕ ਹੈ ਬੇਟਾ, ਥੈਂਕ ਯੂ ਸਰ, ਚਲੋ ਗੋਡ ਬਲੈਸ ਯੂ। ਬਿਸ਼ਰੋ ਸਚਿਨ ਸਰ, ਤੁਸੀਂ ਕੀ ਕਹਿਣਾ ਚਾਹੋਗੇ? ਉਦਾਸ ਨਹੀਂ ਹੋਈਦਾ? ਨਹੀਂ ਨਹੀਂ ਸਰ, ਠੀਕ ਹੈ। ਹਾਂਜੀ, ਕਿਉਂਕਿ ਜੇ ਤੁਹਾਡੀਆਂ ਕਮੀਆਂ ਇੱਥੇ ਨਹੀਂ ਦੱਸੀਆਂ ਜਾਣਗੀਆਂ ਤਾਂ ਤੁਸੀਂ ਗਰੋ ਹੀ ਨਹੀਂ ਕਰੋਗੇ ਲਾਈਫ 'ਚ। ਜੇ ਤੁਹਾਨੂੰ ਕੋਈ ਦੱਸੇਗਾ ਤੁਸੀਂ ਇੱਥੇ ਗਲਤ ਹੈਗੇ ਹੋ ਤਾਂ ਫਿਰ ਤੁਸੀਂ ਉਹਦਾ ਸੁਧਾਰ ਕਰੋਗੇ। ਹਾਂਜੀ, ਜਦੋਂ ਸੁਧਾਰ ਕਰੋਗੇ ਤਾਂ ਫਿਰ ਇੱਕ ਚੀਜ਼ ਦੇ ਨਾਲ 100 ਚੀਜ਼ਾਂ ਦਾ ਹੋਰ ਸੁਧਾਰ ਹੁੰਦਾ ਹੈ ਨਾ। ਸੋ ਨੈਵਰ ਗੈਟ ਡਿਸਅਪੁਆਇੰਟਿਡ, ਟ੍ਰਾਈ ਟੂ ਲਰਨ ਫਰੋਮ ਵਟਐਵਰ। ਹੋਰ ਹੀ ਹੈ ਤਾਂ ਕਰਕੇ ਸਵਿਤਾ ਜੀ, ਮਨਪ੍ਰੀਤ
ਤੁਹਾਡੇ ਕੋਲ ਮੈਮ ਖੁਦ ਚੱਲ ਕੇ ਆਏ ਨੇ ਇੱਥੇ, ਯੂ ਮਸਟ ਫੀਲ ਗੁੱਡ ਕਿ ਐਟਲੀਸਟ ਜੱਜਿਸ ਆਪਣੇ ਕਮੈਂਟਸ ਵੀ ਤੁਹਾਨੂੰ ਤੁਹਾਡੀ ਭਲਾਈ ਲਈ ਦੇ ਰਹੇ ਆ, ਤੇ ਇਹੀ ਇਸ ਮੰਚ ਦੀ ਖੂਬਸੂਰਤੀ ਹੈ ਜੀ ਕਿ ਸਾਡੇ ਜੱਜਿਸ ਕਮੈਂਟਸ ਵੀ ਦਿੰਦੇ ਨੇ ਤੇ ਹੌਸਲਾ ਵੀ ਇਹੀ ਦਿੰਦੇ ਨੇ ਜੀ। ਇੱਕ ਵਾਰ ਜ਼ੋਰ